ਤੇ ਸਾਨੂੰ ਪ੍ਰਭਜੀਤ ਸਿੰਘ ਵਾਸੀ ਸ਼ਾਹਪੁਰ ਨੇ ਸਵੇਰੇ ਸਾਨੂੰ ਪੁਲਿਸ ਨੂੰ ਇਨਫੋਰਮ ਕੀਤਾ ਕਿ ਉਸਦੀ ਭੈਣ ਅਤੇ ਉਸਦੀ ਭਾਣਜੀ ਦੀਆਂ ਜਿਹੜੀਆਂ ਡੈੱਡ ਬੋਡੀਆਂ ਉਹ ਕਿਚਨ ਦੇ ਵਿੱਚ ਪਈਆਂ, ਜਿਸ 'ਤੇ ਮੈਂ, ਮੇਰੇ SHO ਹਰਜੀਤ ਸਿੰਘ ਖਹਿਰਾ ਅਤੇ ਚੌਂਕੀ ਇੰਚਾਰਜ ਬਾਬਾ ਬਕਾਲਾ ਪਰਮਜੀਤ ਸਿੰਘ ਅਸੀਂ ਮੌਕੇ 'ਤੇ ਪੁੱਜੇ ਹਾਂ ਅਤੇ ਜਾ ਕੇ ਆਪਣਾ ਵਿਦ ਲੇਡੀ ਕਾਂਸਟੇਬਲ ਅਸੀਂ ਗਏ ਹਾਂ, ਜਾ ਕੇ ਜਿਹੜੀਆਂ ਡੈੱਡ ਬੋਡੀਜ਼ ਦਾ ਮੁਆਇਨਾ ਕੀਤਾ ਅਤੇ ਉੱਥੇ ਹੀ ਸਾਨੂੰ ਇੱਕ 4 ਸਾਲ ਦਾ ਬੱਚਾ ਜੋ ਕਿ ਰਜਿੰਦਰ ਸਿੰਘ ਦਾ ਬੇਟਾ ਆ ਉਹ ਮਿਲਿਆ। ਉਹਨੇ ਦੱਸਿਆ ਕਿ ਮੇਰਾ ਜਿਹੜਾ ਬਾਪ ਰਜਿੰਦਰ ਸਿੰਘ ਉਹ ਰਾਤ ਨੂੰ ਕੰਧ ਟੱਪ ਕੇ ਘਰ ਆਇਆ ਅਤੇ ਉਸਨੇ ਮੇਰੀ ਮਾਂ ਸ਼ਰਨਜੀਤ ਕੌਰ ਜਿਸ ਦੀ ਉਮਰ 35 ਸਾਲ ਹੈ ਅਤੇ ਉਸਦੀ ਲੜਕੀ ਰਾਜਨੀਤ ਕੌਰ ਜਿਸ ਦੀ ਉਮਰ 7 ਸਾਲ ਹੈ ਉਹਨਾਂ ਨੂੰ ਕਾਫੀ ਕੁੱਟਿਆ ਮਾਰਿਆ। ਇਹ ਬਾਬਾ ਬਕਾਲਾ ਸਾਹਿਬ ਇੱਕ ਵਾਰ ਵਾਰ ਘਰ ਹੈ ਜੋ ਕਿ ਰਜਿੰਦਰ ਸਿੰਘ ਦਾ ਘਰ ਹੈ ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਸਾਨੂੰ ਪ੍ਰਭਜੀਤ ਸਿੰਘ ਵਾਸੀ ਸ਼ਾਹਪੁਰ ਨੇ ਸਵੇਰੇ ਸਾਨੂੰ ਪੁਲਿਸ ਨੂੰ ਇਨਫੋਰਮ ਕੀਤਾ ਕਿ ਉਸਦੀ ਭੈਣ ਅਤੇ ਉਸਦੀ ਭਾਣਜੀ ਦੀਆਂ ਜਿਹੜੀਆਂ ਡੈੱਡ ਬੋਡੀਆਂ ਉਹ ਕਿਚਨ ਦੇ ਵਿੱਚ ਪਈਆਂ, ਜਿਸ 'ਤੇ ਮੈਂ, ਮੇਰੇ SHO ਹਰਜੀਤ ਸਿੰਘ ਖਹਿਰਾ ਅਤੇ ਚੌਂਕੀ ਇੰਚਾਰਜ ਬਾਬਾ ਬਕਾਲਾ ਪਰਮਜੀਤ ਸਿੰਘ ਅਸੀਂ ਮੌਕੇ 'ਤੇ ਪੁੱਜੇ ਹਾਂ ਅਤੇ ਜਾ ਕੇ ਆਪਣਾ ਵਿਦ ਲੇਡੀ ਕਾਂਸਟੇਬਲ ਅਸੀਂ ਗਏ ਹਾਂ, ਜਾ ਕੇ ਜਿਹੜੀਆਂ ਡੈੱਡ ਬੋਡੀਜ਼ ਦਾ ਮੁਆਇਨਾ ਕੀਤਾ ਅਤੇ ਉੱਥੇ ਹੀ ਸਾਨੂੰ ਇੱਕ 4 ਸਾਲ ਦਾ ਬੱਚਾ ਜੋ ਕਿ ਰਜਿੰਦਰ ਸਿੰਘ ਦਾ ਬੇਟਾ ਆ ਉਹ ਮਿਲਿਆ। ਉਹਨੇ ਦੱਸਿਆ ਕਿ ਮੇਰਾ ਜਿਹੜਾ ਬਾਪ ਰਜਿੰਦਰ ਸਿੰਘ ਉਹ ਰਾਤ ਨੂੰ ਕੰਧ ਟੱਪ ਕੇ ਘਰ ਆਇਆ ਅਤੇ ਉਸਨੇ ਮੇਰੀ ਮਾਂ ਸ਼ਰਨਜੀਤ ਕੌਰ ਜਿਸ ਦੀ ਉਮਰ 35 ਸਾਲ ਹੈ ਅਤੇ ਉਸਦੀ ਲੜਕੀ ਰਾਜਨੀਤ ਕੌਰ ਜਿਸ ਦੀ ਉਮਰ 7 ਸਾਲ ਹੈ ਉਹਨਾਂ ਨੂੰ ਕਾਫੀ ਕੁੱਟਿਆ ਮਾਰਿਆ, ਜੋ ਕਿ ਜਿਹੜਾ ਇਹ ਮੌਤ ਦਾ ਕਾਰਨ ਕੁੱਟ ਮਾਰਨ ਦਾ ਪ੍ਰਤੀਕ ਹੁੰਦਾ ਹੈ ਉਹ ਅਸੀਂ ਪਰਚਾ ਨੰਬਰ 265 ਅੰਡਰ ਸੈਕਸ਼ਨ 302 ਮੁਕੱਦਮਾ ਦਰਜ ਕਰਕੇ ਅਗਲੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਰ ਵਿੱਚ ਕੀਤਾ। ਔਰ ਕਹਿ ਸਕਦੇ ਹਾਂ ਕਿ ਲਾਸ਼ਾਂ ਜਿਹੜੀਆਂ ਕਹਿੰਦੇ 2 ਦਿਨ ਪਈਆਂ ਰਹੀਆਂ, ਕੋਈ ਇਹੋ ਜਿਹਾ ਮਾਮਲਾ ਹੈਗਾ? ਜਿਹੜਾ 2 ਦਿਨ ਡੈੱਡ ਬੋਡੀ ਰਹਿਣ ਦਾ ਜਿਹੜਾ ਇਨਵੈਸਟੀਗੇਸ਼ਨ ਆ ਉਹਦੇ ਸੰਬੰਧ ਵਿੱਚ ਵੀ ਸਾਡੀ ਕਾਰਵਾਈ ਚੱਲ ਰਹੀ ਹੈ ਅਤੇ ਜਿਹੜੀਆਂ ਡੈੱਡ ਬੋਡੀਜ਼ ਆ ਅਸੀਂ ਉਹਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਜ ਅਸੀਂ ਪੋਸਟਮਾਰਟਮ ਕਰਵਾ ਕੇ ਜਿਹੜੀਆਂ ਡੈੱਡ ਬੋਡੀਜ਼ ਉਹ ਵਾਰਸਾਂ ਦੇ ਹਵਾਲੇ ਕਰ ਦੇਣੀਆਂ ਅਤੇ ਸਾਡੀ ਜਿਹੜੀ ਮੁਕੱਦਮਾ ਦਰਜ ਹੋ ਗਿਆ, ਜਿਹੜਾ ਮੁਕੱਦਮਾ ਬਾਈ ਨੇਮ ਪ੍ਰਭਜੀਤ ਵੱਲੋਂ ਦਰਜ ਕਰਵਾਇਆ ਗਿਆ ਜੋ ਕਿ ਰਜਿੰਦਰ ਸਿੰਘ ਫੌਜੀ ਦੇ ਖਿਲਾਫ ਦਰਜ ਕੀਤਾ ਗਿਆ, ਜਿਸ ਦੇ ਸੰਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਪਰਚਾ ਦਰਜ ਕੀਤਾ ਗਿਆ ਅਤੇ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ। ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਸਾਨੂੰ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ, ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਭਾਅ ਜੀ, ਮੇਰੇ ਸਿਸਟਰ ਸੀਗੇ ਸ਼ਰਨਜੀਤ ਕੌਰ ਅਤੇ ਉਹਨਾਂ ਦਾ ਜਿਹੜੇ ਹਸਬੈਂਡ ਸੀਗੇ ਹਰਜਿੰਦਰ ਸਿੰਘ, ਅਤੇ ਮੈਂ ਆਪਣੇ ਭਾਅ ਜੀ ਦਿਵਾਲੀ ਤੋਂ ਦਿਵਾਲੀ ਵਾਲੇ ਦਿਨ ਸਾਡੀ ਸਿਸਟਰ ਨਾਲ ਗੱਲ ਹੋਈ ਸੀਗੀ, ਸ਼ਾਮ ਨੂੰ ਤਕਰੀਬਨ 8 ਵਜੇ ਮੰਮੀ ਉਹਨਾਂ ਦੀ ਗੱਲ ਹੋਈ ਅਤੇ ਉਸ ਤੋਂ ਬਾਅਦ ਭਾਅ ਜੀ ਗੱਲ ਨਹੀਂ ਹੋਈ ਸਾਡੀ। ਸ਼ੁੱਕਰਵਾਰ ਨੂੰ ਕੋਈ ਗੱਲ ਨਹੀਂ ਹੋਈ, ਸ਼ੁੱਕਰਵਾਰ ਦੀ ਰਾਤ ਨੂੰ ਵੀ ਕੋਈ ਗੱਲ ਨਹੀਂ ਹੋਈ ਅਤੇ ਸ਼ਨੀਵਾਰ ਫਿਰ ਮੈਂ ਸਵੇਰੇ ਆਇਆ ਵਾਂ ਇੱਥੇ ਬਾਬਾ ਬਕਾਲਾ ਸਾਹਿਬ ਸਿਸਟਰ ਦੇ ਘਰ। ਇੱਥੇ ਮੈਂ ਆਣ ਕੇ ਦਰਵਾਜ਼ਾ ਆਪਣਾ ਅੰਦਰੋਂ ਲਾਓ ਸੀਗਾ, ਮੈਂ ਖੜਕਾਇਆ ਵਾ, ਮਤਲਬ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਬਾਅਦ 'ਚ ਮੈਂ ਆਪਣਾ ਅੰਦਰ ਗਿਆ ਵਾਂ, ਕੰਧ ਟੱਪ ਕੇ ਅੰਦਰ ਗਿਆ ਵਾਂ ਅਤੇ ਅੰਦਰ ਜਦੋਂ ਮੈਂ ਗਿਆ ਅੰਦਰਲੇ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸੀਗੇ ਅਤੇ ਉਦੋਂ ਬਾਅਦ ਫਿਰ ਮੈਂ ਦੇਖਿਆ ਅੰਦਰ ਬੱਚਾ ਸੀ ਛੋਟਾ, 4 ਸਾਲ ਦਾ ਭਣੇਵਾ ਮੇਰਾ, ਉਹ ਸੀਗਾ ਮਤਲਬ ਬੈੱਡ 'ਤੇ ਲੰਮੇ ਪਿਆ ਹੋਇਆ ਸੀਗਾ ਅਤੇ ਇੱਧਰ ਆਪਣੇ ਜਦੋਂ ਮੈਂ ਸਾਰਾ ਘਰ ਦੇਖਿਆ ਤਾਂ ਕਿਚਨ ਦੇ ਵਿੱਚ ਡੈੱਡ ਬੋਡੀਆਂ ਪਈਆਂ ਸੀਗੀਆਂ ਸਿਸਟਰ ਦੀ ਅਤੇ ਭਣੇਵੀਂ ਦੀ ਅਤੇ ਉਦੋਂ ਬਾਅਦ ਫਿਰ ਮੈਂ ਆਪਣੇ ਇਹਨੂੰ ਜਿਹੜਾ ਮੇਰਾ ਛੋਟਾ ਭਣੇਵਾ ਵਾ ਉਹਨਾਂ ਨੂੰ ਪੁੱਛਿਆ ਵੀ ਮਤਲਬ ਕੀ ਗੱਲਬਾਤ ਹੋਈ, ਬੱਚਾ ਛੋਟਾ ਵੀ ਇਹਨਾਂ ਨੂੰ ਕਿੰਨੇ ਕੁੱਟਿਆ ਮਾਰਿਆ ਵਾ ਅਤੇ ਉਹਦੇ ਬੱਚੇ ਨੇ ਛੋਟੇ ਨੇ ਫਿਰ ਇਹੀ ਬਿਆਨ ਦਿੱਤਾ ਕਿ ਮਤਲਬ ਪਾਪਾ ਆਏ ਸੀਗੇ ਘਰ ਅਤੇ ਉਹਨੇ ਵੀ ਮੰਮੀ ਨੂੰ ਇਹਦੇ ਸਿਸਟਰ ਨੂੰ ਵੀ ਦੀਦੀ ਨੂੰ ਵੀ ਕੁੱਟਿਆ ਵਾ ਅਤੇ ਉਦੋਂ ਬਾਅਦ ਫਿਰ ਮੈਂ ਕੌਲ ਕੀਤੀ ਆਪਣੇ ਘਰ ਮਦਰ ਹੋਣਾ ਨੂੰ, ਕੌਲ ਕੀਤੀ ਮਦਰ ਹੋਣਾ ਨੂੰ, ਫਿਰ ਜਿਹੜੇ ਆਪਣੇ ਇਹਨਾਂ ਦੇ ਹੈਗੇ ਆ ਸਿਸਟਰ ਦਾ ਜਿਹੜਾ ਜੇਠ ਆ ਇਹਨਾਂ ਨੂੰ ਵੀ ਕੌਲ ਕੀਤੀ ਆ, ਉਹ ਆਏ ਆ ਇੱਧਰੋਂ ਫਿਰ ਘਰੋਂ ਵੀ ਸਾਰੇ ਆਏ ਆ ਅਤੇ ਆਪਣੇ ਜਿੰਨੇ ਵੀ ਮੇਰੇ ਹੈਗੇ ਨਜ਼ਦੀਕੀ ਰਿਸ਼ਤੇਦਾਰ ਸਾਰਿਆਂ ਨੂੰ ਬੁਲਾਇਆ ਗਿਆ ਇੱਥੇ। ਵੀ ਆਪਾਂ ਬਾਬਾ ਬਕਾਲਾ ਜਿਹੜੀ ਆਪਣੇ
चौंकी है, इत्थे आपां एफ आर आई जिहड़ी दर्ज कराई है। तो अपने गए अपने इतों मुलाजम, तो उन्होंने जाके कार्रवाई जी मौके जो भी है सारा कुछ देखा वा। डेड बॉडियां सर इतने भाजी अपने है वा, डेड हाउस लगिया हुई ने। पोस्टमार्टम जो एफ आर आई करके पोस्टमार्टम जो रुकया वो होगा, तो फिर डेड बॉडियां जी अपने हवाले कर। अणबण यही कि काफ़ी सालों तो जी अणबण चलती सी कि अपने जोड़ा सा मतलब जीजा सगा हरजिंदर सिंह फौजी, तो इन्हों के नाल ना किसी अपने लेडीज के बाहर नजायज़ संबंध सके, तो वो इस चक्कर के अपना जोड़ा यही अणबण चलती सी, अपने कुटमार करते ही सिस्टर के नाल। प्रशासन को भाई यही मंग करते हैं कि साडा जोड़ा सानू इंसाफ मिलना चाहिए वा, दो कतल हुए आ, मैं इंसाफ की मंग करदा। ये बाबा बकाला साहब एक बार बार घर है जो कि रजिंदर सिंह का घर है जो कि फौज नौकरी करता है, तो सानू प्रभजीत सिंह बासी शाहपुर ने सवेरे